ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸਜਾਈਆਂ ਜਾਣਗੀਆਂ ਸਿਆਸੀ ਕਾਨਫਰੰਸ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਰੈਲੀ ਨੂੰ ਕਰਨਗੇ ਸੰਬੋਧਿਤ ਅਤੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨਗੇ ਕੈਪਟਨ ਅਮਰਿੰਦਰ ਸਿੰਘ। ਪੰਜਾਬ ਬੀਜੇਪੀ ਨੇ ਅੱਜ ਸੱਦੀ ਸਾਰੇ ਜ਼ਿਲ੍ਹਾ ਇੰਚਾਰਜ ਦੀ ਮੀਟਿੰਗ, ਵਿਜੇ ਸਾਪਲਾ ਕਰਨਗੇ ਮੀਟਿੰਗ ਦੀ ਪ੍ਰਧਾਨਗੀ, ਚੋਣਾਂ ਦੀ ਰਣਨੀਤੀ 'ਤੇ ਹੋਵੇਗੀ ਚਰਚਾ। ਪੰਜਾਬ ਕਾਂਗਰਸ ਐਕਸਪ੍ਰੈਸ ਨਾਂ ਦੀਆਂ ਬੱਸਾਂ ਕਰਨਗੀਆਂ ਪਾਰਟੀ ਦਾ ਪ੍ਰਚਾਰ, 13 ਲੋਕ ਸਭਾ ਹਲਕਿਆਂ ਵਿੱਚ ਘੁੰਮਣਗੀਆਂ 13 ਬੱਸਾਂ, ਹਰ ਬੱਸ ਵਿੱਚ ਸਵਾਰ ਹੋਣਗੇ 3 ਸੀਨੀਅਰ ਆਗੂ, 24 ਸਤੰਬਰ ਤੋਂ 1 ਨਵੰਬਰ ਤੱਕ ਸੂਬੇ ਭਰ ਵਿੱਚ ਘੁੰਮਣਗੀਆਂ ਬੱਸਾਂ। ਆਮ ਆਦਮੀ ਪਾਰਟੀ ਦੇ ਹਿਮਾਇਤੀ ਵਿਸ਼ਾਲ ਦਡਲਾਨੀ ਅੱਜ ਪਹੁੰਚਣਗੇ ਚੰਡੀਗੜ੍ਹ, ਜੈਨ ਮੁਨੀ ਦੇ ਨਾਲ ਮੁਲਾਕਾਤ ਕਰ ਮੰਗਣਗੇ ਮਾਫ਼ੀ, ਟਵੀਟ ਕਰਕੇ ਜੈਨ ਮੁਨੀ ਦਾ ਅਪਮਾਨ ਕਰਨ ਦਾ ਹੈ ਮਾਮਲਾ। ਜਾਟ ਰਾਖਵਾਂਕਰਨ ਤੇ ਰੋਕ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਅੱਜ। ਹਾਈ ਕੋਰਟ ਨੇ ਜਾਟਾਂ ਸਮੇਤ 6 ਜਾਤੀਆਂ ਦੇ ਰਾਖਵੇਂਕਰਨ ਤੇ ਲਾਈ ਸੀ ਅੰਤਰਿਮ ਰੋਕ। ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਵੇਗੀ ਮੀਟਿੰਗ, ਕਈ ਮਹਿਕਮਿਆਂ ਵਿੱਚ ਭਰਤੀਆਂ ਬਾਰੇ ਹੋਵੇਗੀ ਚਰਚਾ। ਜੰਮੂ ਕਸ਼ਮੀਰ ਦੇ ਉਰੀ ਵਿੱਚ ਫੌਜ ਨੇ 12 ਦਹਿਸ਼ਤਗਰਦਾਂ ਨੂੰ ਕੀਤਾ ਢੇਰ, ਸੈਨਾ ਦੇ ਸੂਤਰਾਂ ਦਾ ਦਾਅਵਾ। ਲੱਛੀਪੋਰਾ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ ਦਹਿਸ਼ਤਗਰਦ, 3 ਹੋਰ ਦਹਿਸ਼ਤਗਰਦਾਂ ਦੇ ਲੁਕੇ ਹੋਣ ਦਾ ਖਦਸ਼ਾ, ਆਪਰੇਸ਼ਨ ਜਾਰੀ। ਕੇਂਦਰੀ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਰੇਲ ਬਜਟ ਨੂੰ ਆਮ ਬਜਟ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਹੋ ਸਕਦਾ ਫੈਸਲਾ, ਨਾਲ ਹੀ ਆਮ ਬਜਟ ਨੂੰ 1 ਫਰਵਰੀ ਨੂੰ ਹੀ ਪੇਸ਼ ਕਰਨ ਨੂੰ ਲੈ ਕੇ ਹਰੀ ਝੰਡੀ ਦੇ ਸਕਦੀ ਹੈ ਕੈਬਨਿਟ।